ਹੈਲੋ एवरीवन ਵੈਲਕਮ ਟੂ ਸ੍ਰੇ ਸ਼ੋਰਕਟਸ ਹਿਸਟਰੀ ਬਿਕਮਸ ਈਜ਼ਰ ਜਿਵੇਂ ਤੁਹਾਨੂੰ ਪਤਾ ਜੀ ਪੰਜਾਬ ਦੇ ਕੰਪੀਟੀਟਿਵ ਇਗਜ਼ਾਮਸ ਲਈ ਆਪਾਂ ਪੰਜਾਬੀ ਗ੍ਰਾਮਰ ਸੀਰੀਜ਼ ਦੀ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਆਪਾਂ ਸਾਰੀ ਹੀ ਪੰਜਾਬੀ ਗ੍ਰਾਮਰ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਹੁਣ ਤੱਕ ਆਪਾਂ ਕਿਰਿਆ ਵਿਸ਼ੇਸ਼ਣ ਦੇ ਟਾਈਪਸ ਸਟਡੀਓ ਕੰਪਲੀਟ ਕਰ ਚੁੱਕੇ ਹਾਂ ਜੀ ਤੇ ਅੱਜ ਆਪਾਂ ਕਰਨ ਵਾਲੇ ਆ ਕਿਰਿਆ ਵਿਸ਼ੇਸ਼ਣ ਦੀਆਂ ਅਵਸਥਾਵਾਂ ਕਿਤੇ ਵਿਸ਼ੇਸ਼ਣ ਦੀਆਂ ਅਵਸਥਾਵਾਂ ਕਿਰਿਆ ਵਿਸ਼ੇਸ਼ਣ ਜਿਹਨੂੰ ਆਪਾਂ ਇੰਗਲਿਸ਼ 'ਚ ਐਡਵਰਬ ਵੀ ਕਹਿੰਦੇ ਨੇ ਜਿਦਿਆਂ 8 ਟਾਈਪਸ ਆਪਾਂ ਟੋਟਲ ਕਰ ਚੁੱਕੇ ਹਾਂ ਅੱਜ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਸੋ ਪਹਿਲਾਂ ਤੁਹਾਨੂੰ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਤੇ ਉਹਦੇ ਟਾਈਪਸ ਕੀ ਹੁੰਦੀਆਂ ਨੇ ਉਸ ਦੇ ਬਾਰੇ ਤੁਹਾਨੂੰ ਨਹੀਂ ਪਤਾ ਤੇ ਰਿਕਾਰਡਿੰਗ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਦਿੱਤੀ ਹੈ ਆਪਾਂ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਤੇ ਆਪਣੇ ਕਿਰਿਆ ਵਿਸ਼ੇਸ਼ਣ ਦੇ ਰਿਕਾਰਡਿੰਗ ਆਪਣੇ ਕਨਸੈਪਟਸ ਕਲੀਅਰ ਕਰ ਸਕਦੇ ਹੋ ਤੇ ਅੱਜ ਆਪਾਂ ਕਰਨ ਵਾਲੇ ਹਾਂ ਜੀ ਕਿਰਿਆ ਵਿਸ਼ੇਸ਼ਣ ਦੀਆਂ ਅਵਸਥਾਵਾਂ ਸਭ ਤੋਂ ਪਹਿਲੀ ਅਵਸਥਾ ਸਧਾਰਨ ਅਵਸਥਾ ਸਧਾਰਨ ਅਵਸਥਾ ਹਾਂਜੀ ਅਵਸਥਾਵਾ ਹੁੰਦਾ ਕੀ ਹੈ ਜੀ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਉਹਦੇ ਸਾਰੇ ਟਾਈਪਸ ਆਪਾਂ ਡਿਟੇਲ ਦੇ ਵਿੱਚ ਲਾਸਟ ਲੈਕਚਰ ਦੇ ਵਿੱਚ ਕੰਪਲੀਟ ਕਰ ਲਈਆਂ ਕਿਰਿਆ ਵਿਸ਼ੇਸ਼ਣ ਕਿਹੜਾ ਸ਼ਬਦ ਨੂੰ ਕਿਹਾ ਜਾਂਦਾ ਹੈ ਕਿਹੜਾ ਸ਼ਬਦ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਬਣੇਗਾ ਉਹ ਆਪਾਂ ਲਾਸਟ ਲੈਕਚਰ ਦੇ ਵਿੱਚ ਦੇਖ ਚੁੱਕੇ ਹਾਂ ਅਵਸਥਾਵਾ ਕੀ ਹੁੰਦਾ ਜੀ ਕਿ ਉਹੀ ਸ਼ਬਦ ਵਾਕ ਵਿੱਚ ਕਿਸ ਅਵਸਥਾ ਦੇ ਵਿੱਚ ਆ ਰਹੇ ਨੇ ਕਿਸ ਫਾਰਮ ਦੇ ਵਿੱਚ ਆ ਰਹੇ ਨੇ ਉਹ ਬਣ ਜਾਂਦੀ ਹੈ ਕਿਰਿਆ ਵਿਸ਼ੇਸ਼ਣ ਦੀ ਅਵਸਥਾ ਸਾਰੇ ਸ਼ਬਦ ਉਹੀ ਰਹਿਣਗੇ ਸਾਰੇ ਟਾਈਪਸ ਉਹੀ ਰਹਿਣਗੀਆਂ ਲੇਕਿਨ ਉਹੀ ਸ਼ਬਦ ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹੇ ਆ ਉਹ ਸੈਂਟੈਂਸ ਦੇ ਵਿੱਚ ਕਿਸ ਅਵਸਥਾ ਅਵਸਥਾ ਦਾ ਮਤਲਬ ਹੈ ਕਿ ਅਗਰ ਵਾਕ ਵਿੱਚ ਸਧਾਰਨ ਰੂਪ ਵਿੱਚ ਕਿਰਿਆ ਵਿਸ਼ੇਸ਼ਣ ਦਾ ਪ੍ਰਯੋਗ ਹੁੰਦਾ ਹੈ ਕਿਰਿਆ ਵਿਸ਼ੇਸ਼ਣ ਦਾ ਜਿਹੜਾ ਪ੍ਰਯੋਗ ਆਪਾਂ ਸਾਰੇ ਲਾਸਟ ਜਿਹੜੀ ਟਾਈਪਸ ਦੇ ਵਿੱਚ ਪੜਿਆ ਉਦਾਂ ਹੀ ਸਧਾਰਨ ਅਵਸਥਾ ਵਿੱਚ ਅਗਰ ਉਹਦਾ ਪ੍ਰਯੋਗ ਹੁੰਦਾ ਤਾਂ ਉਹਨੂੰ ਆਪਾਂ ਸਧਾਰਨ ਅਵਸਥਾ ਕਹਿੰਦੇ ਹਾਂ ਹਾਂਜੀ ਨੋਟ ਕਰ ਸਕਦੇ ਹਾਂ ਕਿ ਜਿੱਥੇ ਕਿਰਿਆ ਵਿਸ਼ੇਸ਼ਣ ਦਾ ਪ੍ਰਯੋਗ ਜਿੱਥੇ ਕਿਰਿਆ ਵਿਸ਼ੇਸ਼ਣ ਦਾ ਪ੍ਰਯੋਗ ਸਧਾਰਨ ਰੂਪ ਵਿੱਚ ਹੋਵੇ ਸਧਾਰਨ ਰੂਪ ਵਿੱਚ ਹੋਵੇ ਉਸ ਨੂੰ ਆਪਾਂ ਕਹਿੰਦੇ ਹਾਂ ਜੀ ਸਧਾਰਨ ਅਵਸਥਾ ਜਿਵੇਂ ਮੈਂ ਕੱਲ ਸਕੂਲ ਜਾਵਾਂਗਾ ਤਾਂ ਇੱਥੇ ਕਿਰਿਆ ਵਿਸ਼ੇਸ਼ਣ ਦਾ ਜਿਹੜਾ ਪ੍ਰਯੋਗ ਹੈ ਕੱਲਵਾਚ ਕਿਰਿਆ ਵਿਸ਼ੇਸ਼ਣ ਦਾ ਪ੍ਰਯੋਗ ਉਸ ਸਧਾਰਨ ਅਵਸਥਾ ਦੇ ਵਿੱਚ ਹੋਇਆ ਜਿਵੇਂ ਆਪਾਂ ਸਾਰੀਆਂ ਲਾਸਟ ਟਾਈਪਸ ਦੇ ਵਿੱਚ ਦੇਖਿਆ ਸੀ ਉਸ ਤੋਂ ਬਾਅਦ ਇਹ ਦੀ ਆ ਜਾਂਦੀ ਹੈ ਜੀ ਸੈਕਿੰਡ ਅਵਸਥਾ ਜਿਹੜੀ ਹੈ ਪ੍ਰਸ਼ਨਿਕ ਅਵਸਥਾ ਅਰਥਾਤ ਕਿਰਿਆ ਵਿਸ਼ੇਸ਼ਣ ਦਾ ਪ੍ਰਯੋਗ ਪ੍ਰਸ਼ਨ ਦੇ ਰੂਪ ਵਿੱਚ ਕਿ ਹੋਵੇ ਉਸ ਨੂੰ ਆਪਾਂ ਕਹਿੰਦੇ ਹਾਂ ਪ੍ਰਸ਼ਨਿਕ ਅਵਸਥਾ ਜਿੱਥੇ क्रिया, विशेषण दा, प्रयोग, पूछ गिच, ले, या, प्रश्न, पूछन, ले, या तो सिद्ध लिख सकते हो पड़ताल करने ले हो ਉਸ ਨੂੰ ਅਸੀਂ ਕਹਿੰਦੇ ਹਾਂ ਜੀ ਪ੍ਰਸ਼ਨਿਕ ਅਵਸਥਾ ਕਿਰਿਆ ਵਿਸ਼ੇਸ਼ਣ ਦੀ ਟਾਈਪਸ ਸ਼ਬਦ ਉਹੀ ਰਹਿਣਗੇ ਲੇਕਿਨ ਵਾਕ ਵਿੱਚ ਅਗਰ ਉਹ ਪ੍ਰਸ਼ਨਿਕ ਅਵਸਥਾ ਦੇ ਵਿਚਨ ਕਿ ਪ੍ਰਸ਼ਨ ਪੁੱਛਦੇ ਹੋਏ ਉਹ ਸ਼ਬਦ ਯੂਜ਼ ਕੀਤਾ ਜਾ ਰਿਹਾ ਤਾਂ ਉਹ ਬਣ ਜਾਂਦੀ ਹੈ ਪ੍ਰਸ਼ਨਿਕ ਅਵਸਥਾ ਜਿਵੇਂ ਤੁਸੀਂ ਕਾਲਜ ਕਿਵੇਂ ਜਾਓਗੇ ਹਾਂਜੀ ਜਾਨਾ ਜਿਹੜਾ ਉਹ ਕਿਰਿਆ ਹੋਗੀ ਉਸਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਹੜਾ ਹੋ ਗਿਆ ਕਿਵੇਂ ਲੇਕਿਨ ਇੱਥੇ ਇਹ ਸ਼ਬਦ ਪ੍ਰਸ਼ਨ ਪੁੱਛ ਰਿਹਾ ਹੈ ਇਸ ਲਈ ਇਹ ਬਣ ਜਾਂਦਾ ਜੀ ਪ੍ਰਸ਼ਨਿਕ ਅਵਸਥਾ ਦਾ ਹੈ ਕਿਰਿਆ ਵਿਸ਼ੇਸ਼ਣ ਹੀ ਲੇਕਿਨ ਇਹ ਕਿਰਿਆ ਵਿਸ਼ੇਸ਼ਣ ਕੀ ਪੁੱਛ ਰਿਹਾ ਪ੍ਰਸ਼ਨ ਪੁੱਛਦੇ ਹੋਏ ਵਾਕ ਵਿੱਚ ਵਰਤੋਂ ਹੋ ਰਹੀ ਹੈ ਜੀ ਤੇ ਇਹ ਬਣ ਜਾਂਦੀ ਹੈ ਕਿਰਿਆ ਵਿਸ਼ੇਸ਼ਣ ਦੀ ਪ੍ਰਸ਼ਨਿਕ ਅਵਸਥਾ ਤੀਸਰੀ ਜਿਹੜੀ ਇਹਦੀ ਅਵਸਥਾ ਹੈਗੀ ਜੀ ਉਹ ਹੈਗੀ ਹੈ ਯੋਜਕੀ ਅਵਸਥਾ ਯੋਜਕੀ ਅਵਸਥਾ ਯੋਜਕੀ ਸ਼ਬਦ ਤੋਂ ਤੁਹਾਨੂੰ ਥੋੜਾ ਬਹੁਤ ਅੰਦਾਜ਼ਾ ਲੱਗ ਰਿਹਾ ਹੋਣਾ ਕਿ ਕਿਰਿਆ ਵਿਸ਼ੇਸ਼ਣ ਉਹ ਸ਼ਬਦ ਜੋ ਵਾਕ ਵਿੱਚ ਦੋ ਵਾਕਾਂ ਜਾਂ ਦੋ ਸ਼ਬਦਾਂ ਨੂੰ ਜੋੜਦੇ ਹੋਏ ਕੰਮ ਕਰਦਾ ਉਹਨੂੰ ਆਪਾਂ ਕਹਿੰਦੇ ਹਾਂ ਜੀ ਯੋਜਕੀ ਅਵਸਥਾ ਕਿਰਿਆ ਵਿਸ਼ੇਸ਼ਣ ਦੀ ਤੁਸੀਂ ਨੋਟ ਕਰ ਸਕਦੇ ਹੋ ਜਦੋਂ ਕਿਰਿਆ ਵਿਸ਼ੇਸ਼ਣ ਸ਼ਬਦ ਦੋ ਵਾਕਾਂ ਨੂੰ ਦੋ ਵਾਕਾਂ ਨੂੰ ਜੋੜਦਾ ਹੈ ਹੋ ਜਾਂਦੀ ਹੈ ਜੀ ਉਹਦੀ ਯੋਜਕੀ ਅਵਸਥਾ ਜਿਵੇਂ ਹਾਂਜੀ ਜੀ एग्जांपल ਤੁਸੀਂ ਲਿਖ ਸਕਦੇ ਹੋ ਅੱਜ ਜਿਹੋ ਜਿਹਾ ਕੰਮ ਕਰੋਗੇ ਕੱਲ ਉਹੀ ਜਾਂ ਉਹੋ ਜਿਹਾ ਫਲ ਮਿਲੇਗਾ ਤਾਂ ਅੱਜ ਤੇ ਕੱਲ

ਹਾਂ ਤਾਂ ਕਿਰਿਆ ਵਿਸ਼ੇਸ਼ਣ ਲੇਕਿਨ ਵਾਕ ਦੇ ਵਿੱਚ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਤਾਂ ਇੱਥੇ ਇਹਨਾਂ ਦੀ ਅਵਸਥਾ ਕਿਹੜੀ ਬਣ ਜਾਂਦੀ ਹੈ ਯੋਜਕੀ ਅਵਸਥਾ ਤਾਂ ਆਪਾਂ ਕਿਰਿਆ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਪੜ੍ਹੀਆਂ ਇੱਕ ਹੈਗੇ ਸਧਾਰਨ ਅਵਸਥਾ ਜਿੱਥੇ ਕਿਰਿਆ ਵਿਸ਼ੇਸ਼ਣ ਵਾਕ ਵਿੱਚ ਸਧਾਰਨ ਰੂਪ ਵਿੱਚ ਪ੍ਰਯੋਗ ਹੋਵੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹੋਏ ਸਧਾਰਨ ਰੂਪ ਵਿੱਚ ਉਸ ਦਾ ਪ੍ਰਯੋਗ ਕੀਤਾ ਜਾਵੇ ਉਹ ਹੋ ਜਾਂਦੀ ਹੈ ਜੀ ਸਧਾਰਨ ਅਵਸਥਾ ਜਿੱਥੇ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹੋਏ ਨਾਲ ਪ੍ਰਸ਼ਨ ਵੀ ਪੁੱਛੇ ਪੁੱਛਗਿਛ ਦਾ ਕੰਮ ਕਰੇ ਉੱਥੇ ਉਹਦੀ ਅਵਸਥਾ ਬਣ ਜਾਂਦੀ ਹੈ ਪ੍ਰਸ਼ਨਿਕ ਅਵਸਥਾ ਤੋ ਵਾਕਾਂ ਨੂੰ ਵੀ ਜੋੜਨ ਦਾ ਕੰਮ ਕਰੇ ਉਹ ਬਣ ਜਾਂਦੀ ਹੈ ਜਿਹਦੀ ਯੋਜਕੀ ਅਵਸਥਾ ਇਸ ਤਰ੍ਹਾਂ ਕਿਰਿਆ ਵਿਸ਼ੇਸ਼ਣ ਦੀ ਪੰਜਾਬੀ ਦੇ ਵਿੱਚ ਤਿੰਨ ਅਵਸਥਾਵਾਂ ਹੋ ਸਕਦੀਆਂ ਨੇ ਪਹਿਲੀ ਸਧਾਰਨ ਅਵਸਥਾ ਦੂਸਰੀ ਪ੍ਰਸ਼ਨਿਕ ਅਵਸਥਾ ਤੀਸਰੀ ਯੋਜਕੀ ਅਵਸਥਾ ਆਈ ਹੋਪ ਤੁਹਾਨੂੰ ਕਿਰਿਆ ਵਿਸ਼ੇਸ਼ਣ ਹੁਣ ਟੋਟਲੀ ਸਮਝ ਆ ਚੁੱਕਿਆ ਹੋਵੇਗਾ ਸਭ ਤੋਂ ਪਹਿਲਾਂ ਆਪਾਂ मीनिंग ਕਲੀਅਰ ਕੀਤਾ ਫਿਰ ਉਹਦੀਆਂ ਟਾਈਪਸ ਤੇ ਅੱਜ ਆਪਾਂ ਉਹਦੀਆਂ ਅਵਸਥਾਵਾਂ ਵੀ ਕਲੀਅਰ ਕਰ ਲਈਆਂ ਤੇ ਇਹ ਹੁੰਦੀਆਂ ਨੇ ਜੀ ਤਿੰਨ ਅਵਸਥਾਵਾਂ ਕਿਰਿਆ ਵਿਸ਼ੇਸ਼ਣ ਦੀਆਂ ਤੇ ਇਸ ਨਾਲ ਆਪਣਾ ਕਿਰਿਆ ਵਿਸ਼ੇਸ਼ਣ ਟੋਟਲੀ ਕੰਪਲੀਟ ਹੋ ਚੁੱਕਿਆ ਜਿਹੜੀ ਕਿ ਆਪਣੀ ਪ੍ਰਯੋਗ ਦੇ ਅਧਾਰ ਤੇ ਹਾਂਜੀ ਪ੍ਰਯੋਗ ਦੇ ਦਾਤੇ ਜਾਂ ਸਾਰਥਕਤਾ ਵਿਧੀ ਕੰਮ ਵਿਆਕਰਨਿਕ ਦ੍ਰਿਸ਼ਟੀ ਦੇ ਆਧਾਰ ਤੇ ਆਧਾਰ ਤੋਂ ਅਸੀਂ ਸ਼ਬਦਾਂ ਦਾ ਵਰਗੀਕਰਨ ਪੜ੍ਹ ਰਹੀ ਸੀ ਜਿਦੇ ਵਿੱਚ ਕਿਰਿਆ ਅਸੀਂ ਲਾਸਟ ਦੇਖੀ ਉਹਦੀਆਂ ਅਸੀਂ ਮੂਲ ਰੂਪ ਵਿੱਚ ਦੋ ਟਾਈਪਸ ਹੁੰਦੀਆਂ ਨੇ ਪਰ ਉਹਦੀ ਅਲੱਗ-ਅਲੱਗ ਤਰ੍ਹਾਂ ਨਾਲ ਆਪਾਂ ਵੰਡ ਦੇਖੀ ਸੀ ਉਸ ਤੋਂ ਬਾਅਦ ਆਪਾਂ ਕਿਰਿਆ ਵਿਸ਼ੇਸ਼ਣ ਕਰ ਚੁੱਕੇ ਹਾਂ ਕਿਰਿਆ ਵਿਸ਼ੇਸ਼ਣ ਦੀ ਟੋਟਲ 8 ਟਾਈਪਸ ਹੁੰਦੀਆਂ ਨੇ ਜਿਸ ਨੂੰ ਆਪਾਂ ਡਿਟੇਲ ਦੇ ਵਿੱਚ ਕੀਤਾ ਇਸ ਤੋਂ ਬਾਅਦ ਆਪਾਂ ਇਹਦੀ ਤਿੰਨ ਅਵਸਥਾਵਾਂ ਵੀ ਕੀਤੀਆਂ ਉਨਾ ਪਾ ਅਗਲੀ ਆਉਣ ਵਾਲੇ ਵੀਡੀਓ ਦੇ ਵਿੱਚ ਸਬੰਧਕ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜੇ ਤੁਹਾਨੂੰ ਵੀਡੀਓਜ਼ ਵਧੀਆ ਲੱਗੀਆਂ ਤਾਂ ਪਲੀਜ਼ ਵੀਡੀਓਜ਼ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਮੈਨੂੰ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਫੀਡਬੈਕ ਜ਼ਰੂਰ ਦਿਓ ਥੈਂਕ ਯੂ